ਭੰਗੜਾ ਭੰਗੜਾ ਹਰ ਕੋਈ ਕਹਿੰਦਾ, ਪਰ ਪਾ ਨਹੀਂ ਸਕਦਾ ਹਰ ਇਨਸਾਨ ਭੰਗੜਾ। ਇਹ ਪੈਂਦਾ ਕੁੱਲ ਜਹਾਨ ਅੰਦਰ, ਇਹ ਹੈ ਪੰਜਾਬੀਆਂ ਦੀ ਸ਼ਾਨ ਭੰਗੜਾ। ਮੇਰੇ ਵੱਲੋਂ ਸਾਰੇ ਜੀਜੀਐਨ ਮੀਡੀਆ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਸਾਡੇ ਨਾਲ ਜੀਜੀਐਨ ਖਾਲਸਾ ਕਾਲਜ ਦੀ ਟੀਮ ਖੜੀ ਹੈ, ਜਿਨ੍ਹਾਂ ਨੇ ਜ਼ੋਨਲ ਯੂਥ ਫੈਸਟੀਵਲ 'ਚ ਪਹਿਲਾ ਪਦਕ ਹਾਸਲ ਕੀਤਾ ਹੈ। ਆਓ ਜਾਣੀਏ ਉਹਨਾਂ ਦੇ ਐਕਸਪੀਰੀਅੰਸ ਬਾਰੇ। ਅਤੇ ਆਹ ਸਾਡੇ ਸਨਮੁੱਖ ਹੋਏ ਨੇ ਉਹਨਾਂ ਦੇ ਕੈਪਟਨ ਸਾਹਿਬ। ਪਹਿਲਾ ਕੁਸ਼ਚਨ ਇਸ ਕੈਪਟਨ ਸਾਹਿਬ ਤੋਂ ਪੁੱਛਾਂਗੇ ਜੀ। ਕੈਪਟਨ ਸਾਹਿਬ ਜੀ, ਮੈਨੂੰ ਪਹਿਲਾਂ ਇਹ ਦੱਸੋ, ਜਦੋਂ ਸਟੇਜ 'ਤੇ ਤੁਹਾਡਾ ਨਾਂ ਲਿੱਤਾ ਗਿਆ, ਮਤਲਬ ਤੁਹਾਡੀ ਟੀਮ ਦਾ, ਵੀ ਤੁਸੀਂ ਫਸਟ ਪ੍ਰਾਈਜ਼ ਜਿੱਤਿਆ, ਉਦੋਂ ਤੁਹਾਡੀ ਕੀ ਫੀਲਿੰਗ ਸੀ? ਸਰ, ਫੀਲਿੰਗ ਤਾਂ ਬਹੁਤ ਅੱਛੀ ਸੀ ਕਿ ਮਤਲਬ ਇੰਨੀ ਮਿਹਨਤ ਕਰਨ ਤੋਂ ਬਾਅਦ ਸਾਡੇ ਸਰ ਸਾਹਿਬਾਨ, ਸਾਡੇ ਕੋਚ ਸਾਹਿਬਾਨ ਦੇ ਸਾਡੀ ਇੰਨੀ ਮਿਹਨਤ ਕਰਵਾਉਣ ਤੋਂ ਬਾਅਦ ਸਾਡਾ ਮਤਲਬ ਫਸਟ ਪ੍ਰਾਈਜ਼ ਆਇਆ। ਇਹ ਬਹੁਤ ਚਿਰਾਂ ਤੋਂ ਸਾਡੇ ਮਤਲਬ ਕੋਲਜ ਇਸ ਅਚੀਵਮੈਂਟ ਨੂੰ ਪਾਉਣ ਲਈ ਬਹੁਤ ਮਿਹਨਤਾਂ ਕਰ ਰਿਹਾ ਸੀਗਾ। ਉਦੋਂ ਮਤਲਬ ਅਨਬਿਲੀਵੇਬਲ ਚੀਜ਼ ਸੀਗੀ ਸਾਡੇ ਲਈ ਉਹ। ਕੋਚ ਸਾਹਿਬ, ਮੈਨੂੰ ਜ਼ਰਾ ਦੱਸੋਗੇ ਵੀ ਤੁਸੀਂ ਇਹਨਾਂ ਦੀ ਪ੍ਰੈਕਟਿਸ ਬਾਰੇ, ਵੀ ਇਹਨਾਂ ਦੀ ਪ੍ਰੈਕਟਿਸ ਕਿੱਦਾਂ ਚੱਲ ਰਹੀ ਸੀ, ਮਤਲਬ ਕਿੰਨੇ ਕੁ ਘੰਟੇ ਇਹਨਾਂ ਨੇ ਪ੍ਰੈਕਟਿਸ ਕੀਤੀ ਹੈ? ਸਰ, ਇਹਦੇ ਲਈ ਭੰਗੜੇ ਲਈ ਤਾਂ ਬਹੁਤ ਜ਼ਿਆਦਾ ਹਾਰਡ ਪ੍ਰੈਕਟਿਸ ਦੀ ਲੋੜ ਆ। ਇਹ ਇੱਕ ਨਾਚ ਦੇ ਨਾਲ ਨਾਲ ਇੱਕ ਗੇਮ ਹੈ, ਇੱਕ ਸਪੋਰਟ ਆ। ਸਾਨੂੰ ਇਹਦੇ ਨਾਲ ਫਿਜ਼ੀਕਲੀ ਬਿਲਕੁਲ ਫਿੱਟ ਸਟੂਡੈਂਟ ਚਾਹੀਦੇ ਨੇ। ਉਹਨਾਂ ਦੀ ਡਾਈਟ ਦਾ, ਉਹਨਾਂ ਦੇ ਸਟੈਮਿਨੇ ਦਾ ਸਾਨੂੰ ਪ੍ਰੋਪਰ ਧਿਆਨ ਰੱਖਣਾ ਪੈਂਦਾ ਆ ਕਿ ਇਹ ਨਹੀਂ ਕਹਿ ਸਕਦੇ ਕਿ ਇਹ ਸਿਰਫ ਨਾਚ ਹੈ, ਇੱਕ ਗੇਮ ਹੈ, ਇੱਕ ਸਪੋਰਟਸ ਆ। ਇੱਕ ਸਪੋਰਟਸਮੈਨ ਵਾਂਗੂ ਹੀ ਅਸੀਂ, ਜਿਸ ਤਰ੍ਹਾਂ ਸਪੋਰਟਸਮੈਨ ਗਰਾਊਂਡ 'ਚ ਜਾਂਦਾ, ਅਸੀਂ ਸਟੇਜ 'ਤੇ ਜਾਂਦੇ ਹਾਂ। ਮੈਂ ਇੱਕ ਗੱਲ ਵੀ ਸੁਣੀ ਸੀ, ਕਹਿੰਦੇ ਜਿਵੇਂ 70 ਮਿੰਟ ਦੀ ਹੋਕੀ ਲਾ ਲਓ ਅਤੇ 10 ਮਿੰਟ ਦਾ ਭੰਗੜਾ, ਸੇਮ ਹੀ ਜ਼ੋਰ ਲੱਗਦਾ? ਬਿਲਕੁਲ ਜੀ, ਬਿਲਕੁਲ ਸੇਮ ਜ਼ੋਰ ਲੱਗਦਾ। ਅਸੀਂ ਕਈ ਗੇਮਸ ਨੂੰ ਇਹਨਾਂ ਭੰਗੜੇ ਨਾਲ ਕੰਪੈਰੀਜ਼ਨ ਵੀ ਨਹੀਂ ਕਰ ਸਕਦੇ ਉਸ ਚੀਜ਼ ਦਾ, ਕਿਉਂਕਿ ਇੰਨਾ ਜ਼ਿਆਦਾ ਕਰ ਰਹੇ। ਜੇ ਇੱਕ ਡਾਕਟਰ ਦੀ ਇੱਕ ਵਰਡਿੰਗ ਸੀ ਕਿ ਜਿੰਨਾ ਆਮ ਬੰਦਾ ਇੱਕ ਮਹੀਨੇ ਵਿੱਚ ਤੁਰਦਾ, ਉਨਾ ਜ਼ੋਰ ਅਸੀਂ 10 ਮਿੰਟ ਦੀ ਪ੍ਰੈਕਟਿਸ 'ਤੇ ਲਾ ਦਿੰਦੇ ਹਾਂ, ਅਤੇ ਅਸੀਂ ਦਿਨ ਦੇ ਵਿੱਚ ਪਤਾ ਨਹੀਂ ਕਿੰਨੀਆਂ ਪ੍ਰੈਕਟਿਸ ਲਾਉਂਦੇ ਹਾਂ ਜੀ। ਥੈਂਕ ਯੂ ਕੋਚ ਸਾਹਿਬ। ਸਰ ਜੀ, ਤੁਸੀਂ ਮੈਨੂੰ ਜ਼ਰਾ ਦੱਸੋਗੇ ਐਤਕੀ ਮੈਨੇਜਮੈਂਟ ਵੱਲੋਂ ਕੀ ਸਪੋਰਟ ਮਿਲਿਆ ਸਟੂਡੈਂਟਸ ਨੂੰ ਜੋ ਪਹਿਲਾ ਪਦਕ ਹਾਸਲ ਕੀਤਾ ਉਹਨਾਂ ਨੇ? ਮੈਨੇਜਮੈਂਟ ਵੱਲੋਂ ਪੂਰੀ ਸਪੋਰਟ ਹੈ ਜੀ। ਮੈਨੇਜਮੈਂਟ ਦਾ ਆਸ਼ੀਰਵਾਦ ਸਾਡੀ ਟੀਮ ਦੇ ਨਾਲ ਰਿਹਾ ਵਾ ਸ਼ੁਰੂ ਤੋਂ, ਅਤੇ ਹੁਣ ਵੀ ਇੰਟਰਜ਼ੋਨ ਦੀਆਂ ਤਿਆਰੀਆਂ ਚੱਲਦੀਆਂ ਪਈਆਂ ਵਾ। ਮੈਨੇਜਮੈਂਟ ਨੇ ਸਾਨੂੰ ਇੱਕ ਫਰੀ ਹੈਂਡ ਦਿੱਤਾ ਦਾ ਵਾ, ਵੀ ਤੁਸੀਂ 24 ਘੰਟੇ ਹਾਲ ਖੁੱਲ੍ਹਾ ਵਾ, 24 ਘੰਟੇ ਦੀ ਸਪੋਰਟ ਹੈ ਉਹਨਾਂ ਦੀ, ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਹੈ ਮੈਨੇਜਮੈਂਟ ਵੱਲੋਂ। ਸਰ, ਤੁਹਾਨੂੰ ਕੀ ਲੱਗਦਾ ਵੀ ਇਸ ਵਾਰੀ ਦਾ ਕੀ ਐਕਸਪੈਕਟ ਸੀ, ਜਿਹਦੇ ਕਰਕੇ ਇਹਦਾ ਫਸਟ ਪ੍ਰਾਈਜ਼ ਆਇਆ? ਵੇਖੋ, ਗੱਲ ਇੱਦਾਂ ਵਾ ਵੀ ਜਿਹੜੀ ਸਾਡੀ ਭੰਗੜੇ ਦੀ ਟੀਮ ਹੈ ਨਾ, ਇਹ ਅਸੀਂ ਜੀਜੀਐਨ ਖਾਲਸਾ ਕਾਲਜ ਦੀ ਜਿਹੜੀ ਇਹਨੂੰ ਭੰਗੜੇ ਦੀ ਨਰਸਰੀ ਗਿਣਿਆ ਵਾ ਇਹ ਵਾਰੀ। ਥੋੜ੍ਹਾ ਟਾਈਮ ਹੋ ਗਿਆ ਸੀ, ਵਿੱਚ ਗੈਪ ਆ ਗਿਆ, ਅਤੇ ਅਸੀਂ ਬੜੇ ਉਤਸੁਕ ਸੀ ਵੀ ਦੁਬਾਰਾ ਉਹ ਜਿਹੜਾ ਰੁਤਬਾ ਆਪਾਂ ਗਵਾਇਆ ਉਹ ਦੁਬਾਰਾ ਹਾਸਲ ਕਿੱਦਾਂ ਕਰਨਾ, ਅਤੇ ਰੱਬ ਦੀ ਮਿਹਰ ਹੋਈ ਯਾਰ ਕਿ ਮੁੰਡਿਆਂ ਨੇ ਬਹੁਤ ਮਿਹਨਤ ਕੀਤੀ ਹੈ, ਅਤੇ ਆਪਾਂ ਜਿਹੜਾ ਪਹਿਲਾ ਸਥਾਨ ਜਿਹੜਾ ਵਾ ਉਹ ਜੂਨ ਦੇ ਵਿੱਚੋਂ ਮਾਤਾ ਗੰਗਾ ਕਾਲਜ ਜਿਹੜਾ 3 ਤਰੀਕ ਨੂੰ ਹੋਇਆ ਸੀ, ਭੰਗੜੇ ਦੇ ਵਿੱਚੋਂ ਪਹਿਲਾ ਪ੍ਰਾਈਜ਼ ਆਇਆ ਸਾਡਾ। ਝੂਮਰ ਦੀ ਟੀਮ ਜਿਹੜੀ ਆਪਾਂ ਪਹਿਲੀ ਵਾਰੀ ਤਿਆਰ ਕੀਤੀ, ਝੂਮਰ ਦੀ ਟੀਮ ਉਹ ਸੈਕਿੰਡ ਆਈ ਉੱਥੇ। ਉਹਦੇ ਵਿੱਚੋਂ ਜਿਹੜਾ ਸਾਡਾ ਇੰਡੀਵਿਜੁਅਲ ਫਸਟ ਆਇਆ ਦਮਨਜੀਤ ਸਿੰਘ ਪਲੇਅਰ, ਅਤੇ ਭੰਗੜੇ ਦੇ ਵਿੱਚੋਂ ਜਿਹੜੀ ਟੀਮ 'ਤੇ ਫਸਟ ਆਈ ਆਈ ਸਾਡਾ ਮੁੰਡਾ ਕਪਤਾਨ ਸਿੰਘ ਹੈ, ਇਹ ਓਵਰਆਲ ਫਸਟ ਇਹ ਆਇਆ ਉੱਥੋਂ ਵਾਲਾ। ਅਤੇ ਭੰਗੜੇ ਇੰਟਰਜ਼ੋਨ ਦੀ ਤਿਆਰੀ ਚੱਲਦੀ ਪਈ ਹੈ, ਰੱਬ ਮਿਹਰ ਕਰੇ ਆਪਾਂ ਇੰਟਰਜ਼ੋਨ ਵੀ ਜਿੱਤਾਂਗੇ ਜੀ। ਕੋਚ ਸਾਹਿਬ, ਮੈਨੂੰ ਜਰਾ ਦੱਸੋਗੇ ਵੀ ਫਿਊਚਰ ਪਲਾਨਸ ਕੀ ਹੈ, ਜਿਵੇਂ ਸਟੇਟ ਲੈਵਲ ਦੀ ਤਿਆਰੀ ਕਿੱਦਾਂ ਚੱਲ ਰਹੀ ਹੈ, ਜਾਂ ਫਰਦਰ ਤੁਸੀਂ ਕਿਹੜੇ ਕੰਪੀਟੀਸ਼ਨ 'ਚ ਜਾਣਾ? ਹੁਣ ਅਸੀਂ ਪੰਜਾਬ ਯੂਨੀਵਰਸਿਟੀ ਦੇ ਇੰਟਰਜ਼ੋਨਲ ਦੇ ਵਿੱਚ ਜਾਣਾ ਜੀ। ਬਹੁਤ ਟਫ ਇੰਟਰਜ਼ੋਨਲ ਹੁੰਦਾ ਜੀ, ਅਤੇ ਸਾਡੇ ਕਲੋ ਵੀ ਸਾਥੀਆਂ ਦਾ ਬਹੁਤ ਸਾਥ ਆ। ਸਾਡੇ ਉਸਤਾਦ ਜੀ, ਉਸਤਾਦ ਵਿੰਦਰ ਕੁਮਾਰ ਜੀ, ਇਹ ਪਹਿਲਾਂ ਕੈਨੇਡਾ ਕੰਪੀਟੀਸ਼ਨ ਤੋਂ ਆਏ ਨੇ, ਅਤੇ ਉਹਨਾਂ ਤੋਂ ਬਾਅਦ ਇਹ ਇੱਥੇ ਆਏ ਨੇ ਕਿ ਸਾਡੀ ਤਿਆਰੀ ਨਾਲ ਸਾਨੂੰ ਪੂਰਾ ਸਹਿਯੋਗ ਦਿੱਤਾ, ਕਿਉਂਕਿ ਯੂਨੀਵਰਸਿਟੀ ਆ, ਸਾਰੇ ਜ਼ੋਨਲ ਦੀਆਂ ਵਿਨਰਸ ਟੀਮ ਆਉਣੀਆਂ ਨੇ, ਅਤੇ ਪ੍ਰੈਕਟਿਸ ਵੀ ਹਾਰਡ ਚਾਹੀਦੀ ਹੈ ਜੀ ਨਾਲ ਨਾਲ। ਉਸਤਾਦ ਸਾਹਿਬ, ਜਿਹੜਾ ਆਪਣੇ ਕਰੀਅਰ ਬਾਰੇ ਜਾਂ ਆਪਣੇ ਭੰਗੜਾ ਤੁਸੀਂ ਕਿੱਥੋਂ ਸਟਾਰਟ ਕੀਤਾ ਉਹਦੇ ਬਾਰੇ ਕੁਝ ਚਾਨਣਾ ਪਾਓਗੇ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਬਿੰਦਰ ਕੁਮਾਰ ਜੀ। ਮੈਂ
ਮੈਨੂੰ 20 ਸਾਲ ਹੋ ਗਏ ਢੋਲ ਪਲੇ ਕਰਦਿਆਂ ਨੂੰ ਭੰਗੜੇ ਨਾਲ, ਅਤੇ 99 'ਚ ਮੈਂ ਸਟਾਰਟ ਕੀਤਾ ਜੀ। ਬਿੱਟੂ ਉਸਤਾਦ ਜੀ ਮੇਰੇ ਡਰੰਮਰ, ਇੰਟਰਨੈਸ਼ਨਲ ਡਰੰਮਰ ਰਾਕੇਸ਼ ਜੋਗੀ ਜੀ, ਅਤੇ ਉਹਨਾਂ ਤੋਂ ਮੈਂ ਸਿੱਖਿਆ ਲਈ ਹੈ ਢੋਲ ਦੀ। ਅਤੇ ਤੁਸੀਂ ਆਪਣੀ ਟੀਮ ਨੂੰ ਕੁਛ ਕਹਿਣਾ ਚਾਹੋਗੇ ਵੀ ਤੁਹਾਨੂੰ ਇਹ ਮੁੰਡਿਆਂ 'ਚ ਕੀ ਲੱਗਦਾ? ਵੀ ਮੁੰਡਿਆਂ 'ਚ ਬੜਾ ਜੋਸ਼ ਹੈ ਜੀ, ਵਧੀਆ ਮਿਹਨਤ ਕਰਨ ਦਾ ਇਹਨਾਂ 'ਚ ਪੂਰਾ ਜਜ਼ਬਾ ਆ, ਅਤੇ ਇੰਟਰ ਜ਼ੋਨ ਜਿੱਤਣ ਦੀ ਤਿਆਰੀ ਕਰ ਰਹੇ ਹਾਂ ਅਤੇ ਜਿੱਤਾਂਗੇ। ਤੁਹਾਨੂੰ ਬਹੁਤ ਬਹੁਤ ਵਧਾਈਆਂ, ਅਤੇ ਤੁਹਾਨੂੰ ਅੱਗੇ ਵਾਸਤੇ ਵੀ ਬੈਸਟ ਵਿਸ਼ ਦਿੰਦਾ ਮੈਂ। ਕਿੱਦਾਂ ਦਾ ਐਕਸਪੀਰੀਅੰਸ, ਮਤਲਬ ਟੀਮ 'ਚ ਕਿੱਦਾਂ, ਕੋਚ ਤੋਂ ਕਦੇ ਗਾਲਾਂ ਪਈਆਂ ਜਾਂ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਇੱਥੇ? ਸਰ ਜਿੱਦਾਂ ਕਿ ਮੈਂ, ਸਾਨੂੰ ਗਾਲਾਂ ਪੈਂਦੀਆਂ ਪਰ ਉਹ ਗਾਲਾਂ ਨਹੀਂ ਹੁੰਦੀਆਂ, ਸਾਡੇ ਆਸ਼ੀਰਵਾਦ ਹੀ ਹੁੰਦਾ ਉਹਦਾ ਇੱਕ ਤਰ੍ਹਾਂ ਦਾ, ਕਿ ਸਾਨੂੰ ਇਹਦੇ ਨਾਲ ਹੋਰ ਜਜ਼ਬਾ ਆਉਂਦਾ ਕਿ ਹਾਂ ਹੋਰ ਮਿਹਨਤ ਕਰੀਏ ਆਪਾਂ, ਆਪਣੀ ਜੋ ਗਲਤੀ ਹੈ ਉਹਨੂੰ ਸੁਧਾਰੀਏ। ਸਾਨੂੰ ਇੰਨੇ ਵਧੀਆ ਕੋਚ ਸਾਹਿਬ ਮਿਲੇ, ਉਸਤਾਦ ਜੀ ਮਿਲੇ ਨੇ, ਪ੍ਰਿੰਸੀਪਲ ਸਰ ਨੇ ਪੂਰੀ ਮਦਦ ਕਰਦੇ ਸਾਡੀ, ਇਸ ਕਰਕੇ ਅੱਜ ਤੱਕ ਪਹੁੰਚ ਸਕੇ ਹਾਂ, ਬਾਕੀ ਮਾਲਕ ਦੀ ਕਿਰਪਾ ਆ। ਅਤੇ ਮੈਨੂੰ ਜਰਾ ਤੁਸੀਂ ਮੈਨੇਜਮੈਂਟ ਨੇ ਜਾਂ ਪ੍ਰਿੰਸੀਪਲ ਨੇ, ਉਹਨਾਂ ਦੀ ਸਪੋਰਟ, ਉਹਨਾਂ ਨੇ ਕੀ ਤੁਹਾਡਾ ਨਿਭਾਇਆ ਇਹਦੇ 'ਚ, ਮੈਨੂੰ ਜਰਾ ਉਹਦੇ ਬਾਰੇ ਦੱਸੋਗੇ? ਮੈਂ ਪ੍ਰਿੰਸੀਪਲ ਸਾਹਿਬ ਨੇ ਸਾਡੀ ਪੂਰੀ ਸਪੋਰਟ ਕੀਤੀ ਹੈ, ਜਦੋਂ ਵੀ ਲੋੜ ਪਈ ਹੈ ਉਹ ਸਾਹਮਣੇ ਆ ਕੇ ਸਾਡੇ ਉਹਨੇ ਪੂਰੀ ਹੈਲਪ ਕੀਤੀ, ਕਿਸੇ ਚੀਜ਼ ਦੀ ਘਾਟ ਨਹੀਂ ਰਹਿਣ ਦਿੱਤੀ, ਜਾਂ 24 ਘੰਟੇ ਹੋਲ ਖੁੱਲ੍ਹਾ ਰੱਖਿਆ, ਹਰ ਚੀਜ਼ ਦੀ ਸਾਨੂੰ ਸੁਵਿਧਾ ਮਿਲੀ, ਡਾਇਟ ਵਗੈਰਾ ਪ੍ਰੋਪਰ ਮਿਲੀ। ਤੁਹਾਡੀ ਟੀਮ ਫਸਟ ਆਈ ਹੈ, ਮੈਂ ਸੁਣਿਆ ਵੀ ਬੋਲੀਆਂ ਦੀ ਆਵਾਜ਼ ਮਤਲਬ ਪੂਰੇ ਹੋਲ 'ਚ ਗੂੰਜ ਰਹੀ ਸੀ ਉਸ ਟਾਈਮ, ਅਤੇ ਇਹਦੇ ਪਿੱਛੇ ਰਾਜ਼ ਕੀ ਹੈ, ਅਤੇ ਇੱਕ ਮੈਨੂੰ ਜ਼ਰੂਰ ਆਪਣੀ ਬੋਲੀ ਪਾ ਕੇ ਜ਼ਰਾ ਸੁਣਾਇਓ ਜੀ। ਸਰ ਰਾਜ਼ ਇਹ ਹੈ ਕਿ ਮਿਹਨਤ ਮਹੀਨਾ ਹੋ ਗਿਆ ਜੀ ਕਰਦਿਆਂ ਨੂੰ, ਜਿਹੜੀ ਗਲਤੀਆਂ ਪਹਿਲਾਂ ਹੁੰਦੀਆਂ ਹੌਲੀ ਹੌਲੀ ਸੁਧਾਰਨ ਦਾ ਮੌਕਾ ਮਿਲਦਾ ਜੀ, ਬਾਕੀ ਸਟੇਜ 'ਤੇ ਨਿਮਰਤਾ ਨਾਲ ਚੜ੍ਹੀਆਂ ਜੀ ਆਪਾਂ, ਉਹ ਪਰਮਾਤਮਾ ਦੀ ਮਿਹਰ ਹੋਣੀ ਚਾਹੀਦੀ ਹੈ, ਉਹੀ ਕਰਾਉਣ ਵਾਲਾ ਸਾਰਾ ਕੁਛ। ਸੋ ਬੋਲੀ ਮੈਂ ਸੁਣਾ ਦਿੰਦਾ ਜੀ। ਹੋਈ ਅੱਖਾਂ ਬਿੱਲੀਆਂ ਕੰਨਾਂ ਦੇ ਵਿੱਚ ਮੁੰਦਰਾਂ ਪਈ, ਅੱਖਾਂ ਬਿੱਲੀਆਂ ਬਿੱਲੀਆਂ ਕੰਨਾਂ ਦੇ ਵਿੱਚ ਮੁੰਦਰਾਂ ਵੀ, ਕੱਢ ਲਿਆ ਮੇਰਾ ਕਾਲਜਾ ਪੂਰਨਾ ਹੋ ਪੂਰਨਾ, ਹੋਈ ਅੱਖੀਆਂ 'ਚ ਰੱਬ ਵਸਦਾ ਵੇ ਹੋਈ ਦੂਰਨਾ। ਥੈਂਕ ਯੂ ਸਰ, ਥੈਂਕ ਯੂ ਸਰ।